ਅਸਲਾਮ ਅਲੈਕੁਮ ਜੀ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਫ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸੇਫ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ, ਪੰਜਾਬ ਪੇਜ ਦੀ ਹੈਰੀਟੇਜ ਆਫ ਪਾਕਿਸਤਾਨ ਐਂਡ ਖੋਰੇ ਸੈਚ 47 ਦੇ ਔਰ ਸਿੱਖ ਪੀਰੀਅਡ ਫੁੱਟ ਸਟੈਪਸ ਇਨ ਪਾਕਿਸਤਾਨ। ਮੈਂ ਅੱਜ ਤੁਹਾਨੂੰ ਲੈ ਕੇ ਆਇਆ 6 ਬੋੜਾਂ ਵਾਲੀ ਬੰਨ, ਹਰਨਾਲ ਦਾ ਬੈਰੂਨ ਹਿੱਸਾ। ਇਹ ਰੋਡ ਜਿਹੜਾ ਮੰਦਰੇ ਵਾਲੀ ਸਾਈਡ ਤੋਂ ਆ ਰਿਹਾ, ਇਹ ਮੰਦਰਾ ਰੋਡ ਹੈ ਔਰ ਇਹ ਮੇਰੀ ਬੈਕ ਸਾਈਡ ਦੇ ਉੱਤੇ ਜਿਹੜਾ ਰੋਡ ਜਾ ਰਿਹਾ, ਇਹ ਚਕਵਾਲ ਰੋਡ ਹੈ। ਰੇਲਵੇ ਟਰੈਕ ਤਕਰੀਬਨ ਮੁਕੰਮਲ ਤੌਰ 'ਤੇ ਖਤਮ ਹੋ ਚੁੱਕਿਆ। ਹੁਣ ਇਹ ਦੋ ਰੋਈਆ ਸੜਕ ਨਵੀਂ ਬਣ ਰਹੀ ਹੈ। ਇਹਦੀ ਮਸ਼ਹੂਰ ਜਿਹੜੀ ਹੈ, ਇਹ 6 ਬੋੜਾਂ ਵਾਲੀ ਜਿਹੜੀ ਬੰਨ ਸੀ, 6 ਬੋੜੀ ਬੰਨ ਜਿਹਨੂੰ ਕਿਹਾ ਜਾਂਦਾ, 6 ਬੈਨੀਅਨ ਵਾਟਰ ਰੈਜ਼ਰਵਾਇਰ ਹੈ, ਜਿਹੜਾ ਕਿ ਇੱਥੇ ਦੀ ਸੰਗਤ ਦੀ ਬਹੁਤ ਵੱਡੀ ਪਹਿਚਾਣ ਸੀ ਕਿ ਜਿਹੜਾ ਪਬਲੀਕੇਸ਼ਨ ਵਾਸਤੇ ਸਮਝ ਲਓ ਕਿ ਤੁਸੀਂ ਸਿੱਖਾਂ ਦਾ ਬਣਾਇਆ ਹੋਇਆ ਬੜਾ ਖੂਬਸੂਰਤ ਜਿਹੜਾ ਸੀ ਉਹ ਇੱਕ ਹਿਸਟਰੀ ਦਾ ਇੱਕ ਪਾਰਟ ਹੈ। ਇਹ 6 ਬੋੜਾਂ ਦੀ ਬੰਨ ਹੈ। ਹੁਣ ਇਸ 6 ਬੋੜੀ ਬੰਨ ਦੇ ਅੰਦਰ ਤਾਂ ਪਾਣੀ ਕਿਸੇ ਪਾਸੋਂ ਕਿਸੇ ਵੀ ਜਗ੍ਹਾ ਤੋਂ ਬਾਰਿਸ਼ ਦਾ ਪਾਣੀ ਅੰਦਰ ਦਾਖਲ ਨਹੀਂ ਹੋ ਰਿਹਾ ਨਾ। ਇਹ ਦੇਖੋ ਪ੍ਰੋਪਰ ਤਰੀਕੇ ਨਾਲ ਚਾਰੋਂ ਸਾਈਡਾਂ ਦੇ ਉੱਤੋਂ ਰਸਤੇ ਨੇ। ਇਹ ਦੇਖੋ ਇਹ ਸਟੇਅਰਸ ਨੇ ਬਕਾਇਦਾ ਇਸ਼ਨਾਨ ਕਰਨ ਵਾਸਤੇ। ਸ਼ਾਮ ਨੇ ਢਲਣੇ ਸਾਏ ਔਰ ਮੈਂ ਬੈਰੂਨ ਪਿੰਡ ਹਰਨਾਲ ਦੇ 6 ਬੋੜੀ ਬੰਨ ਹਾਂ। ਪਬਲੀਕੇਸ਼ਨਸ ਦੇ ਕੰਮ 'ਤੇ ਮੈਂ ਪਹਿਲੇ ਵੀ ਬਹੁਤ ਜ਼ਿਆਦਾ ਐਡਮਾਇਰ ਕਰ ਚੁੱਕਿਆ ਵਾਂ ਕਿ ਜਿਹੜੇ ਸਿੱਖ ਪੀਰੀਅਡ ਦੇ ਵਿੱਚ ਹੋਏ ਨੇ ਉਹ ਅੱਜ ਵੀ ਨਹੀਂ ਹੋਏ। ਇਹ ਮੁਸਾਫਰਾਂ ਵਾਸਤੇ ਸਿਟਿੰਗ ਵੀ ਸੀ ਔਰ ਪਾਣੀ ਨੂੰ ਠੰਡਾ ਰੱਖਣ ਦਾ ਇੱਕ ਤਰੀਕਾਕਾਰ ਵੀ ਸੀ ਜਿਹੜਾ ਕਿ ਪੂਰੇ ਪਠਵਾਰ ਦੇ ਵਿੱਚ ਉਹ ਪਹਿਲੇ ਤੋਂ ਮੌਜੂਦ ਹੈ, ਕੁਛ ਸ਼ੇਰ ਸ਼ਾਹ ਸੂਰੀ ਦੇ ਦੌਰ 'ਚੋਂ ਔਰ ਕੁਛ ਜਿਹੜਾ ਸਿੱਖ ਪੀਰੀਅਡ ਤੋਂ ਮਿਲਦੇ ਨੇ ਇਹਦੀਆਂ ਨਿਸ਼ਾਨੀਆਂ। ਇਹ ਤੁਸੀਂ ਦੇਖੋ ਇਹ ਬਹੁਤ ਹੀ ਪਿਆਰੇ ਤਰੀਕੇ ਨਾਲ ਔਰ ਸਭ ਤੋਂ ਮਾਡਰਨ ਜਿਹੜਾ ਸਟਰਕਚਰ ਹੈ ਉਹ ਇਸ ਪਾਣੀ ਦੀ ਬੰਦ ਹੈ। ਲੇਕਿਨ ਅਫਸੋਸ ਹੈ ਕਿ ਆਹਿਸਤਾ ਆਹਿਸਤਾ ਜਿਹੜੀ ਹੈ ਇਹ ਖਤਮ ਹੋ ਰਹੇ ਨੇ ਬੋਰਡ, ਕਿਉਂਕਿ ਮੈਂ ਕਹਿੰਦਾ ਵਾਂ ਕਿ ਖਿੱਤਾ ਪਠਵਾਰ ਦੇ ਅੰਦਰ ਜਿਹੜੇ ਸਭ ਤੋਂ ਜ਼ਿਆਦਾ ਬੈਨੀਅਨ ਟਰੀਜ਼ ਨੇ ਉਹ ਇਸ ਏਰੀਏ ਦੇ ਵਿੱਚ ਨੇ। ਹਰ ਪਿੰਡ ਦੇ ਵਿੱਚ ਇੰਨੇ ਇੰਨੇ ਵੱਡੇ ਬੋਰਡ ਨੇ ਕਿ ਦੇਖ ਕੇ ਬੰਦਾ ਤਾਰੀਫ ਕੀਤੇ ਬਗੈਰ ਨਹੀਂ ਰਹਿ ਸਕਦਾ। ਇਹ ਚਰਿੰਨ ਪ੍ਰਿੰਨ ਇਹ ਲੋਕ ਸਾਰੇ ਜਿਹੜੇ ਨੇ ਇਸ ਚੀਜ਼ ਤੋਂ ਬੈਨੀਫਿਟ ਲੈਂਦੇ ਰਹੇ ਨੇ। ਲੇਕਿਨ ਹੁਣ ਟਾਈਮ ਗੁਜ਼ਰਦਾ ਜਾ ਰਿਹਾ, ਸਮੇਂ ਬੀਤਦਾ ਜਾ ਰਿਹਾ, ਲੋਕ ਹੁਣ ਇਹਨਾਂ ਚੀਜ਼ਾਂ ਨੂੰ ਦਾ ਖਿਆਲ ਨਹੀਂ ਕਰਦੇ। ਲੇਕਿਨ ਜੋ ਚੀਜ਼ ਜਿੱਥੇ ਹੈ ਵੇ ਅੱਜ ਵੀ ਉੱਥੇ ਮੌਜੂਦ ਹੈ। ਇਹ ਵਾਹਿਦ ਬੰਨ ਹੈ ਜਿਹੜੀ ਸੁੱਕੀ ਹੈ, ਲੇਕਿਨ ਜੋ ਹੈ ਸੀ, ਜੋ ਹਿਸਟਰੀ ਦਾ ਪਾਰਟ ਸੀ, ਉਸੇ ਤਰ੍ਹਾਂ ਦਾ ਉਸੇ ਤਰ੍ਹਾਂ ਹੀ ਹੈ ਪੰਨਾ ਹੈ। ਇਹਨੂੰ ਕਿਸੇ ਨੇ ਖਰਾਬ ਨਹੀਂ ਕੀਤਾ, ਇਹ ਚੀਜ਼ਾਂ ਖੁਦ ਖਰਾਬ ਹੋ ਰਹੀਆਂ ਨੇ ਹੁਣ ਟਾਈਮ ਦੇ ਨਾਲ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਫ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸੇਫ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ, ਪੰਜਾਬ ਪੇਜ ਦੀ ਹੈਰੀਟੇਜ ਆਫ ਪਾਕਿਸਤਾਨ, ਸਿੱਖ ਪੀਰੀਅਡ ਫੁੱਟ ਸਟੈਪਸ ਇਨ ਪਾਕਿਸਤਾਨ ਐਂਡ ਖੋਰੇ ਸੈਚ 47 ਦੇ। ਮੇਰੀ ਦਰੀਨਾ ਖਵਾਹਿਸ਼, 6 ਬੋੜਾਂ ਦੀ ਬੰਨ, ਮੰਦਰਾ ਤੋਂ ਚਕਵਾਲ ਰੋਡ ਦੇ ਉੱਤੇ। ਤਾਰੀਖ ਦਾ ਇੱਕ ਹੋਰ ਪੰਨਾ ਅੱਜ ਮੈਂ ਖੋਲਿਆ ਔਰ ਇਹ ਜਿਹੜਾ ਕ੍ਰੈਡਿਟ ਹੈ ਇਹ ਹਰਨਾਲ ਦੀ ਜਿਹੜੀ ਸਿੱਖ ਸੰਗਤ ਸੀ ਉਹਨੂੰ ਜਾਂਦਾ ਹੈ। ਇਹ ਖੂਬਸੂਰਤ ਬੋੜਾਂ ਔਰ ਇਹ ਖੂਬਸੂਰਤ ਜਿਹੜੀ ਬੰਨ ਹੈ, ਇਹ ਸਿੱਖ ਪੀਰੀਅਡ ਦੀਆਂ ਨਿਸ਼ਾਨੀਆਂ। ਕੁਝ ਲੋਕ ਕਹਿੰਦੇ ਨੇ ਕਿ ਤੁਸੀਂ ਹਰ ਚੀਜ਼ ਨੂੰ ਜੋੜਦੇ ਜਾ ਰਹੇ ਹੋ ਸਿੱਖਾਂ ਦੇ ਨਾਲ। ਗੱਲ ਇਹ ਵੇ ਕਿ ਜਿਹੜੀ ਚੀਜ਼ ਦਾ ਕ੍ਰੈਡਿਟ ਜਿਸ ਬੰਦੇ ਦਾ ਹੈ ਮੈਂ ਉਸ ਚੀਜ਼ ਨੂੰ ਦੇਵਾਂਗਾ। ਮੈਂ ਝੂਠ ਕਿਉਂ ਬੋਲਾਂ ਕਿ ਵੀ ਇਹ ਚੀਜ਼ ਫਲਾਂ ਨੇ ਕੀਤੀ, ਫਲਾਂ ਨੇ ਕੀਤੀ ਹੈ। ਔਰ ਇੱਕ ਦੋ ਦੋਸਤਾਂ ਨੇ ਵੀ ਕਿਹਾ ਕਿ ਤੁਸੀਂ ਮੁਸਲਿਮ ਦਾ ਨਾਮ ਨਹੀਂ ਲੈਂਦੇ ਔਰ ਕਿ ਆਇਆ ਕਿ ਇਹ ਸਾਰਾ ਕੁਝ ਸਿਰਫ ਨੌਨ ਮੁਸਲਿਮ ਦਾ ਸੀ। ਜਦੋਂ ਇਸ ਏਰੀਏ ਦੇ ਵਿੱਚ 20% ਮੁਸਲਿਮ ਸਨ ਔਰ 80% ਨੌਨ ਮੁਸਲਿਮ ਸਨ, ਸਿੱਖ ਔਰ ਹਿੰਦੂ ਸਨ, ਤਾਂ ਮੈਂ ਕਿਉਂ ਨਾ ਉਹਨਾਂ ਪਰਿਵਾਰਾਂ ਦਾ ਜ਼ਿਕਰ ਕਰਾਂ ਜਾਂ ਉਹਨਾਂ ਖਾਨਦਾਨਾਂ ਦਾ ਜ਼ਿਕਰ ਕਰਾਂ ਜਿਨ੍ਹਾਂ ਨੇ ਇਹ ਸਾਰੇ ਪਬਲੀਕੇਸ਼ਨਸ ਦੇ ਕੰਮ ਕੀਤੇ ਨੇ। ਸੱਚ ਮੈਂ ਫਿਰ ਕਹਾਂਗਾ, ਸੱਚ ਹੀ ਹੁੰਦਾ, ਉਹਨੂੰ ਝੁਠਲਾਇਆ ਨਹੀਂ ਜਾ ਸਕਦਾ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਫ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸੇਫ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ, ਪੰਜਾਬ ਪੇਜ ਦੀ ਹੈਰੀਟੇਜ ਆਫ ਪਾਕਿਸਤਾਨ, ਸਿੱਖ ਪੀਰੀਅਡ ਫੁੱਟ ਸਟੈਪਸ ਇਨ ਪਾਕਿਸਤਾਨ, ਔਰ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਦੇਖਦੇ ਰਹੋ,